इस वेले की सब तो वड्डी खबर जिहड़ी अमृतसर तो सामने आ रही है दस दी है कि अमृतसर दे विच जिहड़ा आ तीन गैंगस्टर जिहड़े आ इत्थों फड़े गए आ अमृतसर दे लागो जिहड़ा हरिमंदर साहब दे बिल्कुल लागो जिहड़ा आ क्यों मंडी चौंक दे विच्चों एक होटल निजी होटल दे विच्चों जिहड़े आ तीनों गैंगस्टर जिहड़े फड़े गए आ जानकारी लई दस दीए कि इह जिहड़े गैंगस्टर सी लंडा ग्रुप दे सी लंडा ग्रुप लखबीर सिंह लंडा जो है कैनेडा तो जिहड़ा आ ग्रुप चला रहा है उहदे जिहड़े बंदे आ जिहड़े आ तीनों जणे इत्थों दी इक निजी जिहड़े निजी आ होटल दे विच्चों जिहड़े आ इहनां नूं फड़िया गया वा पंजाब पुलिस ते जिहड़ी दिल्ली पुलिस आ इह दोवां दा जिहड़ा जॉइंट ऑपरेशन सीगा जिहड़ा इहनां नूं फड़िया गया इहनां पासों जिहड़ा आ एक एक 47 अते इस दे नाल नाल जिहड़े तीन पिस्टल्स आ ते नाल जिंदा जिहड़े रौंद आ उह वी फड़े गए आ दस दईए कि जिहड़े दिवाली दे लागे जिहड़े आ अमृतसर दे विच जिहड़ा आ कुछ वड्डी वारदात करन दा जिहड़ा इहनां वल्लों कुछ प्लैन कीता गया सीगा लेकिन इह जिहड़ा इहनां दा प्लैन आ बिल्कुल नाकाम हुंदा आ नज़र आया वा ਉਹਨੂੰ ਲੈ ਕੇ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੀ ਚੌਕਸੀ ਆ ਪੁਲਿਸ ਵੱਲੋਂ ਉਹ ਵੀ ਵਧਾਈ ਗਈ ਆ ਪੰਜਾਬ ਪੁਲਿਸ ਜਿਹੜੀ PCR ਦੀਆਂ ਗੱਡੀਆਂ ਨੇ ਉਹ ਵੀ ਇਸ ਵੇਲੇ ਜਿਹੜਾ ਆ ਚੌਕਸੀ ਕਰ ਰਹੀਆਂ ਨੇ ਬਿਲਕੁਲ ਜੀ ਆ ਜਿਹੜਾ ਰਸਤਾ ਜਿਹੜਾ ਆ ਤੁਸੀਂ ਪਿਛਲੇ ਬੰਨੇ ਦੇਖ ਸਕਦੇ ਜੇ ਇਹੀ ਰੋਡ ਆ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਆ ਤੇ ਇਸੇ ਰੋਡ ਦੇ ਉੱਤੇ ਹੀ ਇੱਕ ਨਿੱਜੀ ਹਸਪੀਟਲ ਦੇ ਵਿੱਚੋਂ ਜਿਹੜਾ ਉਹ ਤਿੰਨੋਂ ਗੈਂਗਸਟਰਾਂ ਨੂੰ ਜਿਹੜਾ ਫੜਿਆ ਗਿਆ ਕੱਲ ਜਿਹੜਾ ਆ ਅੰਮ੍ਰਿਤਸਰ ਦੀ ਜਿਹੜੀ ਕੋਰਟ ਦੇ ਵਿੱਚੋਂ ਜਿਹੜਾ ਆ ਉਹਨਾਂ ਨੂੰ ਤਿੰਨਾਂ ਨੂੰ ਪੇਸ਼ ਕੀਤਾ ਜਾਏਗਾ ਤੁਸੀਂ ਦੇਖ ਸਕਦੇ ਜੋ ਗੋਲਡਨ ਟੈਂਪਲ ਇੱਥੋਂ ਮਹਿਜ ਸਿਰਫ 700 ਮੀਟਰ ਦੀ ਦੂਰੀ ਤੇ ਆ ਸਿਰਫ ਗੋਲਡਨ ਟੈਂਪਲ ਇਸੇ ਰੂਟ ਦੇ ਉੱਤੋਂ ਜਿਹੜਾ ਆ ਉਹੀ ਤਿੰਨ ਗੈਂਗਸਟਰ ਆ ਉਹਨਾਂ ਨੂੰ ਇੱਥੋਂ ਫੜਿਆ ਗਿਆ ਆ ਹੁਣ ਦੇਖਣਾ ਇਹ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਨੇ ਕਿੰਨਾ ਕੁ ਵੱਡਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਦਹਿਸ਼ਤ ਫੈਲਾਉਣੀ ਸੀ ਕਿ ਜਿਹੜਾ ਦੀਵਾਲੀ ਦੇ ਦਿਨਾਂ ਦੇ ਵਿੱਚ ਕੀ ਇਹਨਾਂ ਨੇ ਅੱਗੇ ਕਰਨਾ ਸੀ ਕਿੰਨਾ ਕੁ ਕਿੰਨਾ ਆਪਣਾ ਗੈਂਗਵਾਰ ਜਿਹੜਾ ਆਪਣਾ ਅੰਮ੍ਰਿਤਸਰ ਦਾ ਜਿਹੜਾ ਕਹਿ ਲਈਏ ਜਾਂ ਪੰਜਾਬ ਦਾ ਕਹਿ ਲਈਏ ਜਿਹੜਾ ਇੱਕ ਮਾਹੌਲ ਜਿਹੜਾ ਉਹਨਾਂ ਨੇ ਖਰਾਬ ਕਰਨਾ ਸੀ ਤੁਸੀਂ ਦੇਖ ਸਕਦੇ ਜੇ ਪੰਜਾਬ ਪੁਲਿਸ ਜਿਹੜੀ ਆ ਇੱਥੇ ਡਟੀ ਹੋਈ ਆ ਉਹਨਾਂ ਵੱਲੋਂ ਜਿਹੜੀ ਆ ਚੈਕਿੰਗ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਹਰ ਗੱਡੀ ਨੂੰ ਜਿਹੜਾ ਆ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਕਈ ਟੁਕੜੀਆਂ ਜਿਹੜੀਆਂ ਵਾ ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਜਿਹੜੇ ਆ ਉੱਥੇ ਵੀ ਜਿਹੜਾ ਆ ਪੁਲਿਸ ਦੀਆਂ ਟੁਕੜੀਆਂ ਜਿਹੜੀਆਂ ਬਣਾ ਕੇ ਚੈਕਿੰਗ ਵਾਸਤੇ ਲਗਾ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਜੇ ਅੰਮ੍ਰਿਤਸਰ ਦਾ ਜਿਹੜਾ ਆ ਘਿਓ ਮੰਡੀ ਚੌਂਕ ਆ ਜਿਹੜਾ ਬਿਲਕੁਲ ਹੀ ਦਰਬਾਰ ਸਾਹਿਬ ਦੇ ਜਿਹੜਾ ਨਜ਼ਦੀਕ ਲੱਗਦਾ ਆ ਪੁਲਿਸ ਵੱਲੋਂ ਜਿਹੜਾ ਆ ਪੁਖਤਾ ਪ੍ਰਬੰਧ ਜਿਹੜੇ ਹੁਣ ਕੀਤੇ ਗਏ ਆ ਸਭ ਤੋਂ ਵੱਡੀ ਖਬਰ ਇਹ ਆ ਕਿ ਜਿਹੜੇ ਤਿੰਨ ਗੈਂਗਸਟਰ ਸੀ ਕਿੱਥੋਂ ਆਏ ਕੀ ਕਰਦੇ ਸੀ ਜਿਹੜੇ ਆ ਲੰਡਾ ਗਰੁੱਪ ਦੇ ਨਾਲ ਜਿਹੜਾ ਆ ਰਿਲੇਟਿਡ ਸੀਗੇ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਚੈਕਿੰਗ ਕੀਤੀ ਜਾ ਰਹੀ ਆ ਇਕੱਲੀ ਇਕੱਲੀ ਗੱਡੀ ਨੂੰ ਖਿਲਾਰ ਕੇ ਜਿਹੜਾ ਆ ਇੱਥੇ ਚੈੱਕ ਕੀਤਾ ਜਾ ਰਿਹਾ ਕਿ ਕੋਈ ਵੱਡੀ ਵਾਰਦਾਤ ਨਾ ਹੋ ਜਾਏ ਕਿਉਂਕਿ ਜਿਹੜੇ ਤਿੰਨ ਗੈਂਗਸਟਰ ਫੜੇ ਗਏ ਆ ਉਹ ਵੀ ਕਿਤੇ ਨਾ ਕਿਤੇ ਵੱਡੀ ਵਾਰਦਾਤ ਨੂੰ ਇਲਜ਼ਾਮ ਦੇਣ ਲਈ ਪਹੁੰਚ ਰਹੇ ਸੀ ਜਿਹੜਾ ਆ ਪਰ ਫਿਰ ਵੀ ਜਿਹੜਾ ਆ ਦਿੱਲੀ ਪੁਲਿਸ ਨੇ ਅਤੇ ਉਸ ਦੇ ਨਾਲ ਜਿਹੜਾ ਅੰਮ੍ਰਿਤਸਰ ਪੁਲਿਸ ਨੇ ਰਲ ਕੇ ਜਿਹੜਾ ਜੁਆਇੰਟ ਆਪਰੇਸ਼ਨ ਕੀਤਾ ਅਤੇ ਜਿਹਦੇ ਵਿੱਚ ਉਹਨਾਂ ਨੂੰ ਫੜ ਲਿੱਤਾ ਗਿਆ ਹੁਣ ਕੱਲ੍ਹ ਅੰਮ੍ਰਿਤਸਰ ਕੋਰਟ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਪੇਸ਼ ਵੀ ਕੀਤਾ ਜਾਏਗਾ ਅਤੇ ਇਹਨਾਂ ਦਾ ਜਿਹੜਾ ਰਿਮਾਂਡ ਵੀ ਲਿੱਤਾ ਜਾਏਗਾ ਅਤੇ ਨਾਲ ਦੇਖਿਆ ਜਾਏਗਾ ਕਿ ਇਹਨਾਂ ਦੀ ਕੀ ਮੰਸ਼ਾ ਸੀਗੀ ਕੀ ਕਹਿਣਾ ਸੀਗਾ ਇਹਨਾਂ ਦਾ ਕਿਉਂ ਇਹਨਾਂ ਵੱਲੋਂ ਜਿਹੜਾ ਆ ਇੱਥੇ ਜਿਹੜਾ ਆ AK-47 ਵਰਗਾ ਹਥਿਆਰ ਜਿਹੜਾ ਆ ਲੈ ਕੇ ਆਏ ਅਤੇ ਨਾਲ ਜਿਹੜੇ ਤਿੰਨ ਪਿਸਟਲਸ ਨੇ ਉਹ ਵੀ ਲੈ ਕੇ ਆਏ ਇਹ ਹੁਣ ਆਉਣ ਵਾਲਾ ਸਮਾਂ ਹੀ ਜਿਹੜਾ ਆ ਦੱਸੂਗਾ ਜਗਬਾਣੀ TV ਲਈ ਅਕਸ਼ੈ ਸੁਨਕ ਅੰਮ੍ਰਿਤਸਰ।